ਖਾਸ ਤੌਰ 'ਤੇ ਤੁਹਾਨੂੰ ਰੂਬਰੂ ਕਰਾਵਾਂਗੇ, ਮੁਲਾਕਾਤ ਕਰਾਵਾਂਗੇ। ਵੈਸੇ ਮੁਲਾਕਾਤ ਜਿਨ੍ਹਾਂ ਨਾਲ ਕਰਾਉਣ ਜਾ ਰਹੇ ਹਾਂ ਉਹ ਕਿਸੇ ਮੁਲਾਕਾਤ ਦੇ ਮੁਹਤਾਜ ਨਹੀਂ, ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਗੁਰੂਮਤ ਦੀ ਕਿਰਪਾ ਸਦਕਾ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਨਾਂ, ਅਤੇ ਮੈਂ ਮੁਰਾਦ ਕਰਾਂਗਾ ਭਾਈ ਵੀਰ ਸਿੰਘ ਜੀ ਸਭ ਤੋਂ ਪਹਿਲਾਂ ਸਿੱਖ ਚੈਨਲ ਸਟੂਡੀਓ 'ਤੇ ਆਉਣ 'ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਕੀ ਹਾਲ ਚਾਲ ਹੈ? ਕਿਰਪਾ ਜੀ ਕਿਰਪਾ। ਸਭ ਤੋਂ ਪਹਿਲਾਂ ਤਾਂ ਇੰਗਲੈਂਡ ਦੀ ਗੱਲ ਕਰੀਏ, ਅਤੇ ਕਦੋਂ ਆਉਣਾ ਹੋਇਆ ਇੰਗਲੈਂਡ ਦਾ? ਮੈਂ 3 ਜਨਵਰੀ ਦਾ ਇੱਥੇ ਹੀ ਹਾਂ ਜੀ। ਅੱਛਾ ਜੀ। ਘੁੰਮ ਰਿਹਾ ਹਾਂ, ਦੋਸਤਾਂ ਮਿੱਤਰਾਂ ਨੂੰ ਮਿਲ ਰਿਹਾ ਹਾਂ, ਰੌਣਕਾਂ ਦੇਖ ਰਹੇ ਹਾਂ, ਬਾਕੀ ਨਾਲ ਦੇ ਨਾਲ ਆਪਣਾ ਕੰਮ ਵੀ ਚੱਲੀ ਜਾਂਦਾ ਜੀ। ਪਹਿਲੀ ਵਾਰੀ ਆਇਆ ਇੰਗਲੈਂਡ? ਹਾਂਜੀ, ਇੰਗਲੈਂਡ ਮੇਰਾ ਪਹਿਲੀ ਵਾਰ ਸਬੱਬ ਬਣਿਆ ਹੁਣ ਦਾ। ਅੱਛਾ, ਕਿੱਦਾਂ ਲੱਗ ਰਿਹਾ? ਬਹੁਤ ਚੰਗਾ ਲੱਗਾ। ਨੋਰਮਲੀ ਮੈਨੂੰ ਡਰਾਇਆ ਹੋਇਆ ਸੀ ਵੀ ਮੌਸਮ ਬੜਾ ਖਰਾਬ ਰਹਿੰਦਾ। ਹਾਂਜੀ। ਪਰ ਕੁਦਰਤ ਦੀ ਬੜੀ ਸੋਹਣੀ ਕਿਰਪਾ ਹੈ ਕਿ ਜਦੋਂ ਦਾ ਮੈਂ ਆਇਆ ਇਸ ਵਾਰੀ ਮੌਸਮ ਵੀ ਜ਼ਿਆਦਾ ਖਰਾਬ ਹੋਇਆ ਨਹੀਂ। ਹਾਂਜੀ, ਸਾਰਾ ਕੁਛ ਬਹੁਤ ਵਧੀਆ ਉਹਦੇ ਪਾਣੀ। ਵੈਸੇ ਮੌਸਮ ਤਾਂ ਹਮੇਸ਼ਾ ਹੀ ਠੀਕ ਰਹਿੰਦਾ, ਕੋਈ ਇੰਨੀ ਗੱਲ ਨਹੀਂ ਜੀ। ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਹਿਸਾਬ ਨਾਲ ਇੱਥੇ ਉੱਦਾਂ ਦੀਆਂ ਸੁੱਖ ਸੁਵਿਧਾ ਵੀ ਹੈਗੀਆਂ, ਸਹੂਲਤਾਂ ਵੀ ਹੈਗੀਆਂ, ਕੋਈ ਇੱਥੇ ਨਿਕਲ। ਚਲੋ, ਤੁਹਾਨੂੰ ਚੰਗਾ ਲੱਗਿਆ। ਅਤੇ ਵੀਰ ਸਿੰਘ ਜਿਨ੍ਹਾਂ ਨੂੰ ਅੱਜ ਦੁਨੀਆ ਜਾਣਦੀ ਹੈ, ਗੁਰੂਮਾ ਦੀ ਕਿਰਪਾ ਸਦਕਾ ਤੁਸੀਂ ਬਹੁਤ ਵਧੀਆ ਇੱਕ ਸਿੰਗਰ ਔਰ ਬਹੁਤ ਵਧੀਆ ਰਾਈਟਰ ਜੀ, ਬਹੁਤ ਸੋਹਣਾ ਤੁਸੀਂ ਲਿਖਦੇ ਹੈ ਜੀ। ਸ਼ੁਕਰੀਆ। ਅਤੇ ਬੜੇ ਕਨੈਕਟ ਹੁੰਦੇ ਸਾਰੇ ਉਹਦੇ ਨਾਲ, ਜੋ ਤੁਸੀਂ ਲਿਖਦੇ ਰੂਹ ਨੂੰ ਉਹ ਖਿੱਚ ਪਾਉਂਦੇ ਆ, ਬਹੁਤ ਵਧੀਆ ਰੂਹ ਦੀ ਖੁਰਾਕ ਕਹਿ ਸਕਦੇ ਹਾਂ ਜੇ ਤੁਹਾਡੇ ਗਾਣਿਆਂ ਵਿੱਚੋਂ ਚਲਦਾ। ਅਤੇ ਤੁਹਾਡਾ ਜਨਮ ਕਿੱਥੇ ਹੋਇਆ ਸੀ? ਮੇਰਾ ਜਨਮ ਉੱਦਾਂ ਤਾਂ ਅੰਮ੍ਰਿਤਸਰ ਸਾਹਿਬ ਦਾ ਆ, ਪਰ ਮੇਰਾ ਪਿੰਡ ਨਾਗੋਕੇ, ਹਾਂਜੀ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਹੈ ਜੀ। ਜੀ। ਸੋ ਮੇਰੀ ਅੱਧੀ ਕੁ ਪਰਵਰਿਸ਼ ਪਿੰਡ ਦੀ, ਅੱਧੀ ਕੁ ਸ਼ਹਿਰ ਦੀ ਹੈ, ਕਿਉਂਕਿ ਸਕੂਲਿੰਗ ਮੇਰੀ ਸ਼ਹਿਰ 'ਚ ਸੀਗੀ। ਹਾਂਜੀ। ਅਤੇ ਪਰਮਾਨੈਂਟ ਰੈਜੀਡੈਂਸ ਸਾਡੀ ਪਿੰਡ ਦੇ ਵਿੱਚ ਸੀਗੀ। ਅੱਛਾ ਜੀ। ਸੋ ਕੁਛ ਚਿਰ ਮੈਂ ਅੰਮ੍ਰਿਤਸਰ ਵੀ ਰਿਹਾ ਹਾਂ, ਉੱਥੇ ਕੋਠੀ ਲਈ ਹੁੰਦੀ ਸੀਗੀ ਕਿਉਂਕਿ ਪਿੰਡੋਂ ਆਉਣਾ ਜਾਣਾ ਬਹੁਤ ਔਖਾ ਸੀਗਾ। ਜੀ ਜੀ। ਕੁਛ ਚਿਰ ਮੈਂ ਨਾਨਕੇ ਰਿਹਾ, ਨਾਨਕੇ ਮੇਰੇ ਅਟਾਰੀ ਦੇ ਕੋਲ ਛੱਡਣ ਪਿੰਡ ਹੈ, ਉੱਥੇ ਨਾਨਕੇ ਹੈ। ਠੀਕ ਹੈ। ਸੋ ਇੱਦਾਂ ਰਲ ਮਿਲ ਕੇ ਜੇ ਜ਼ਿੰਦਗੀ ਨਿਕਲੀ ਹੈ ਜੀ। ਅਤੇ ਬਿਲਕੁਲ ਜੇ ਗੱਲ ਕਰੀਏ ਜਿਵੇਂ ਗੁਰੂ ਗ੍ਰੰਥ ਦੀ, ਅੰਮ੍ਰਿਤਸਰ ਦੇ ਵਿੱਚ ਤੁਹਾਡੀ ਪੜ੍ਹਾਈ ਹੋਈ, ਸਕੂਲਿੰਗ ਹੋਈ ਹੈ ਜੀ, ਅਤੇ ਤੁਹਾਨੂੰ ਇਹ ਸ਼ੌਂਕ ਕਦੋਂ ਪੈਦਾ ਹੋਇਆ ਜਿਵੇਂ ਇਹ ਗਾਉਣ ਦੀ ਗੱਲ ਕਰਦੇ, ਲਿਖਣ ਦੇ ਕਰਦੇ, ਕਦੋਂ ਹੁੰਦਾ ਤੁਸੀਂ ਇਸ ਪਾਸੇ? ਇਹ ਨਾ ਜੀ, ਮੈਂ ਬਹੁਤ ਛੋਟਾ ਸੀਗਾ, ਮੈਂ 5-5.5 ਸਾਲ ਦਾ ਹੋਊਂਗਾ ਜੀ। ਸਕੂਲ ਨਵਾਂ ਨਵਾਂ ਜਾਣਾ ਸ਼ੁਰੂ ਹੋਇਆ ਸੀਗਾ, ਅਤੇ ਸਕੂਲ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਫੈਸਟੀਵਲਸ ਬੱਚਿਆਂ ਦੇ ਕਰਾਏ ਜਾਂਦੇ ਆ, ਗਿੱਧੇ ਭੰਗੜੇ ਦੇ ਜਾਂ ਗਾਉਣ ਵਜਾਉਣ ਦੇ, ਹੈ ਨਾ, ਉੱਦਾਂ ਦਾ ਇੱਕ ਉਹ ਫੈਸਟੀਵਲ ਜਿਹਾ ਸੀਗਾ। ਅਤੇ ਉਹਨਾਂ ਨੇ ਕਿਹਾ ਵੀ ਤੈਨੂੰ ਕੀ ਆਉਂਦਾ ਕੀ ਨਹੀਂ ਆਉਂਦਾ, ਮੈਨੂੰ ਤਾਂ ਆਉਂਦਾ ਹੀ ਕੁਛ ਨਹੀਂ ਸੀ, ਮੈਨੂੰ ਕੁਛ ਪਤਾ ਹੀ ਨਹੀਂ ਸੀਗਾ। ਅਤੇ ਮਾਮਾ ਜੀ ਨੇ ਮੇਰਾ ਗਾਉਣ 'ਚ ਨਾਲ ਖਾਤਾ, ਕਿਉਂਕਿ ਮਾਮਾ ਜੀ ਦਾ ਸਕੂਲ ਦੇ ਵਿੱਚ ਆਉਣ ਜਾਣ ਬਹੁਤ ਸੀ, ਠੀਕ ਹੈ, ਉਹ ਉੱਥੋਂ ਦੇ ਐਕਸ ਸਟੂਡੈਂਟ ਸੀਗੇ, ਪਲੱਸ ਉਹਨਾਂ ਦਾ ਕਾਰੋਬਾਰ ਸਕੂਲ ਦੇ ਬਿਲਕੁਲ ਨਾਲ ਹੀ ਆ, ਠੀਕ ਹੈ। ਅਤੇ ਉਹਨਾਂ ਨੇ ਗਾਉਣ ਵਜਾਉਣ ਦੇ ਵਿੱਚ ਮੇਰਾ ਨਾਂ ਜਿਹੜਾ ਸੀ ਉਹ ਪਾਤਾ, ਵੀ ਉਹ ਭੰਗੜਾ ਪਾਊਗਾ ਅਤੇ ਨਾਲ ਗਾਊਗਾ। ਉਹ ਜਦੋਂ ਪਰਫੋਰਮੈਂਸ ਦੀ ਵਾਰੀ ਆਈ ਤਾਂ ਵਾਕਿਆ ਹੀ ਮੈਂ ਬਹੁਤ ਸੋਹਣਾ ਪਰਫੋਰਮ ਕਰ ਗਿਆ। ਮੈਨੂੰ ਵੀ, ਮੈਂ ਤਾਂ ਨਿੱਕਾ ਸੀ, ਮੈਨੂੰ ਤਾਂ ਉਦੋਂ ਪਤਾ ਹੀ ਨਹੀਂ ਸੀ, ਮੈਂ ਨਾ ਸਿੱਖਿਆ ਨਾ ਕੁਛ। ਉਹਦੇ ਬਾਅਦ ਫਿਰ ਟੀਚਰਾਂ ਨੂੰ ਲੱਗਾ ਵੀ ਨਹੀਂ, ਇਹਨੂੰ ਲੈ ਕੇ ਅੱਗੇ ਜਾਣਾ ਚਾਹੀਦਾ ਆ। ਉਹਨਾਂ ਨੇ ਮੈਨੂੰ ਉਹ ਪਹਿਲੀ ਵਾਰੀ ਉੱਥੇ ਸਕੂਲੇ ਗਿਆ, ਦੂਜੀ ਵਾਰੀ ਮੈਨੂੰ ਉਹ ਡਿਸਟ੍ਰਿਕਟ ਲੈਵਲ 'ਤੇ ਕਿਸੇ ਕੰਪੀਟੀਸ਼ਨ 'ਚ ਲੈ ਗਏ। ਅੱਛਾ ਜੀ। ਉਹ ਰੱਬ ਦੀ ਖੇਡ ਐਸੀ ਹੋਈ, ਮੈਂ ਉਹ ਵੀ ਜਿੱਤ ਆਇਆ। ਉਹ ਤੋਂ ਬਾਅਦ 'ਚ ਮੇਰਾ ਵੀ ਜਿੱਦਾਂ ਕੌਨਫੀਡੈਂਸ ਜਿਹਾ ਬਣ ਗਿਆ ਵੀ ਮੈਂ ਗਾ ਸਕਦਾ, ਅਤੇ ਟੀਚਰਾਂ ਨੂੰ ਵੀ ਲੱਗਿਆ ਵੀ ਨਹੀਂ ਇਹਦੇ 'ਚ ਹੈਗੀ ਹੈ ਕੋਈ ਗੱਲ। ਉਹ ਬਸ ਚੱਲ ਸੋ ਚੱਲ ਮੁੜ ਕੇ, ਫਿਰ ਸਕੂਲ ਦੇ ਕੋਈ ਫੰਕਸ਼ਨ ਹੋਣੇ, ਕੋਈ ਫੈਸਟੀਵਲ ਹੋਣੇ, ਜਾਂ ਜੇ ਕੋਈ ਬਾਹਰ ਕੰਪੀਟੀਸ਼ਨਸ ਹੋਣੇ, ਇੰਟਰ ਸਕੂਲ ਹੋਣੇ, ਚਾਹੇ ਡਿਸਟ੍ਰਿਕਟ ਲੈਵਲ 'ਤੇ ਹੋਣੇ, ਫਿਰ ਨੈਸ਼ਨਲ ਲੈਵਲ 'ਤੇ ਵੀ ਮੈਂ ਕੀਤੇ, ਚਾਹੇ ਫੋਕ ਦੇ, ਚਾਹੇ ਕਵਿਸ਼ਰੀ ਦੇ, ਚਾਹੇ ਕੀਰਤਨ ਦੇ ਕਰਦਾ ਰਿਹਾ, ਗਰੁੱਪ ਸੰਗੀਤ ਦੇ ਕਰਦਾ ਰਿਹਾ, ਉਹਨਾਂ ਦੇ ਵਿੱਚ ਫਿਰ ਮੇਰੀ ਇਨਵੋਲਵਮੈਂਟ ਰਹੀ ਹੈ ਜੀ। ਅਤੇ ਜਿਵੇਂ ਗੱਲ ਰਿਆਜ਼ ਤਾਂ ਹੁੰਦੀ ਹੈ, ਕੋਈ ਵੀ ਅਗਰ ਗਾਣਾ ਹੁੰਦਾ ਤਾਂ ਰਿਆਜ਼ ਬਹੁਤ ਕਰਦੇ ਆ, ਅਤੇ ਪਹਿਲਾਂ ਜਦੋਂ ਤੁਹਾਡਾ ਫਸਟ ਟਾਈਮ ਤੁਹਾਨੂੰ ਨਾਨ ਖਾਤਾ ਜਿਵੇਂ ਤੁਸੀਂ ਦੱਸਿਆ ਜੀ, ਉਦੋਂ ਤਾਂ ਰਿਆਜ਼ ਕੀਤੀ ਨਹੀਂ ਹੋਣੀ, ਉਦੋਂ ਤਾਂ ਪਤਾ ਹੀ ਕੁਛ ਨਹੀਂ, ਪਤਾ ਹੀ ਕੁਛ ਨਹੀਂ, ਉਦੋਂ ਤਾਂ ਬਸ ਮੈਨੂੰ ਐਂ ਸਟੇਜ 'ਤੇ ਖੜਾ ਕਰਤਾ, ਲੇਕਿਨ ਤਾਜ਼ੇ ਵੀ ਚੇਤੇ ਆ ਵੀ ਮੇਰੇ ਗੱਲਾਂ 'ਤੇ ਲਾਲੀ ਲਾਈ ਹੋਈ ਮੈਡਮਾਂ ਨੇ, ਹੈ ਨਾ, ਅਤੇ ਪੱਗ ਮੇਰੀ ਬੰਨੀ ਹੋਈ, ਅਤੇ ਪੱਗ ਦਾ ਵੀ ਪੇਚ ਮੇਰੇ ਨਾ ਅੱਖ ਦੇ ਉੱਤੇ, ਅੱਖ ਮੇਰੀ ਇੱਕ ਘੁੱਟੀ ਹੋਈ ਐਂ ਕਰਕੇ ਭੰਗੜੇ ਵਾਲੀ ਪੀਲੇ ਰੰਗ ਦੀ ਪੱਗ ਬੰਨੀ ਸੀ ਮੈਂ। ਅੱਛਾ ਜੀ। ਅਤੇ ਆਪਾਂ ਉਸ ਤੋਂ ਬਾਅਦ ਫਿਰ ਰਿਆਜ਼ ਸ਼ੁਰੂ ਕਰਤਾ ਤੁਸੀਂ ਇਸ ਪ੍ਰੋਫੈਸ਼ਨ? ਉਸ ਤੋਂ ਬਾਅਦ ਇੱਦਾਂ ਕਿ ਜਿੱਦਾਂ ਜਿੱਦਾਂ ਉਮਰ 'ਚ ਸਿਆਣੇ ਹੁੰਦੇ ਗਏ, ਨਾਲ ਦੇ ਨਾਲ ਸਿੱਖਦੇ ਗਏ ਚੀਜ਼ਾਂ, ਅਤੇ ਰਿਆਜ਼ ਤਾਂ ਇਹ ਕਹਿ ਸਕਦੇ ਹਾਂ ਕਿ ਘਰ ਦੇ ਵਿੱਚ ਜਿਹੜਾ ਸੁਣਨ ਦਾ ਮਾਹੌਲ ਸੀਗਾ, ਕਿਉਂਕਿ ਬਹੁਤ ਫਰਕ ਪਾਉਂਦੀ ਹੈ ਇਹ ਚੀਜ਼ ਕਿ ਤੁਹਾਡੇ ਘਰ 'ਚ ਕੀ ਗੱਲਾਂ ਚੱਲਦੀਆਂ ਨੇ, ਘਰ ਦੇ ਕੀ ਸੁਣਦੇ ਨੇ, ਉਹਦੇ ਨਾਲ ਹੀ ਬੱਚੇ ਦਾ ਸਾਰਾ ਵਿਚਾਰ ਜਿਹੜਾ ਨਾ, ਉਹਦਾ ਜਿਹੜਾ ਸਿਧਾਂਤ ਆ ਉਹ ਸੈੱਟ ਹੋਣਾ ਹੁੰਦਾ। ਬਿਲਕੁਲ ਸਹੀ ਗੱਲ ਤੁਸੀਂ ਕਹੀ, ਜਿਵੇਂ ਬੱਚੇ ਦੀ ਗੱਲ ਕਰ, 13% ਯੋਗਟ ਮੰਨਦੇ ਆ ਕਿ ਸਿਖਾਇਆ ਬੰਦਾ ਸਿੱਖਦਾ, ਬਾਕੀ ਜਿਹੜਾ ਨਾ 87% ਵੇਖ ਕੇ ਮਾਹੌਲ ਅਡੋਪਟ ਕਰਦਾ, ਉਹ ਵੇਖਦਾ ਕਿ ਉਹਦੇ ਆਸੇ ਪਾਸੇ ਕੀ ਚੱਲ ਰਿਹਾ, ਉਹਦੇ 'ਚੋਂ ਚੀਜ਼ਾਂ ਗ੍ਰਹਿਣ ਕਰਦਾ ਰਹਿੰਦਾ। ਸਹੀ ਗੱਲ, ਹੈ ਨਾ। ਸੋ ਸਾਡੇ ਘਰ ਦੇ ਵਿੱਚ ਗੁਰਬਾਣੀ ਦਾ ਮਾਹੌਲ ਜ਼ਿਆਦਾ, ਫਿਰ ਉਸ ਤੋਂ ਬਾਅਦ ਜੇ ਸੁਣਿਆ ਵੀ ਜਾਂਦਾ ਸੀਗਾ ਤਾਂ ਲਤਾ ਜੀ, ਰਫੀ ਸਾਹਿਬ ਨੂੰ ਸੁਣਿਆ ਜਾਂਦਾ ਸੀਗਾ, ਜਾਂ
ਯਮਲਾ ਜੱਟ ਇਦਾਂ ਦੇ ਬੰਦਿਆਂ ਨੂੰ ਜ਼ਿਆਦਾ ਸੁਣਿਆ ਜਾਂਦਾ ਸੀ ਜਾਂ ਪਾਕਿਸਤਾਨੀ ਆਰਟਿਸਟ ਕੋਸ਼ਕ ਤੇ ਉਹਨਾਂ ਨੂੰ ਸੁਣਦਾ ਮੈਂ ਵੱਡਾ ਹੋਇਆ ਡੈਡੀ ਨੇ ਜਦੋਂ ਕਦੀ ਗੱਡੀ 'ਚ ਅਸੀਂ ਬੈਠਣਾ ਤਾਂ ਜੇ ਉਹਨਾਂ ਕਿਤੇ ਗਾਣੇ ਲਾਉਣੇ ਵੀ ਤਾਂ ਉਹ ਗਾਣੇ ਇੰਨੇ ਕੁ ਸੁਰੀਲੇ ਹੁੰਦੇ ਸੀਗੇ ਵੀ ਉਹਨਾਂ ਨੂੰ ਫਿਰ ਗਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਜੀ ਹੈ ਨਾ ਇੱਕ ਬੱਚੇ ਨੂੰ ਇਹ ਵੀ ਹੁੰਦਾ ਵੀ ਮੈਂ ਪਿਓ ਨੂੰ ਖੁਸ਼ ਕਰਾਂ ਸੁਣਾ ਕੇ ਇਹਦਾ ਕਿੱਦਾਂ ਹੈ ਨਾ ਉਹ ਚੀਜ਼ ਵੀ ਨਾਲ ਸਹੀ ਤਾਂ ਉਹ ਉਹ ਲਾਇਬ੍ਰੇਰੀ ਜਿਹੜੀ ਮੇਰੇ ਦਿਮਾਗ 'ਚ ਪਾਤੀ ਮੇਰੇ ਘਰਦੇ ਉਹ ਲਾਇਬ੍ਰੇਰੀ ਬਹੁਤ ਵਧੀਆ ਸੀਗੀ ਅਤੇ ਮੈਂ ਗੱਲ ਕਰਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਬਹੁਤ ਸਾਰੇ ਕੰਪੀਟੀਸ਼ਨ ਵਿੱਚ ਜਾਂਦੇ ਰਹੇ ਹਾਂ ਜੀ ਐਜ ਏ ਪ੍ਰੋਫੈਸ਼ਨਲੀ ਜੀ ਤੁਸੀਂ ਕਦੋਂ ਇਸ ਫੀਲਡ ਵਿੱਚ ਜਿਹੜਾ ਜੁਆਇਨ ਕੀਤਾ ਫਸਟ ਟਾਈਮ ਤੁਹਾਡਾ ਆਪਣਾ ਲਿਖਿਆ ਹੋਇਆ ਜਿਹੜਾ ਸੌਂਗ ਕਦੋਂ ਆਇਆ ਸੀ ਬਾਹਰ ਜੀ ਮਾਰਕੀਟ ਮੈਂ 2013 ਦੇ ਵਿੱਚ ਪਾਸ ਆਊਟ ਹੋਇਆ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਅੱਛਾ ਜੀ ਅਤੇ ਉਦੋਂ ਹੀ ਮਨ ਬਣਾ ਲਿਆ ਸੀਗਾ ਵੀ ਮੈਂ ਜੋਬ ਤਾਂ ਨਹੀਂ ਕਰਨੀ ਅੱਛਾ ਮੈਂ 9 to 5 ਮੈਂ ਦਫ਼ਤਰ 'ਚ ਨਹੀਂ ਬਹਿ ਸਕਦਾ ਹਾਂਜੀ ਕਿਉਂਕਿ ਇੰਜੀਨੀਅਰਿੰਗ ਦੇ ਲਾਸਟ ਜਿਹੜਾ ਸਮੈਸਟਰ ਹੁੰਦਾ ਉਹਦੇ 'ਚ ਟ੍ਰੇਨਿੰਗ ਸੈਸ਼ਨਸ ਹੁੰਦੇ ਸਾਡੇ ਸੋ ਟ੍ਰੇਨਿੰਗ ਦੇ ਦੌਰਾਨ ਮੈਂ ਇੱਕ ਥਾਂ 'ਤੇ ਟ੍ਰੇਨਿੰਗ ਲਵਾਈ ਸੀਗੀ ਅਤੇ ਮੈਂ ਬਹੁਤ ਜ਼ਿਆਦਾ ਅੱਕ ਗਿਆ ਸੀ ਅਤੇ ਮੈਨੂੰ ਲੱਗਿਆ ਵੀ ਆਹ ਲਾਈਫ ਮੈਂ ਨਹੀਂ ਜੀ ਸਕਦਾ ਜੀ ਤਾਂ ਨਾਲ ਹੀ ਮੈਂ ਇਹ ਪਲਾਨ ਕਰ ਲਿਆ ਸੀ ਵੀ ਹੁਣ ਆਪਾਂ ਪ੍ਰੋਫੈਸ਼ਨ ਦੇ ਵਿੱਚ ਆਉਣਾ ਅਤੇ ਘਰਦਿਆਂ ਨੂੰ ਵੀ ਇਹ ਕਹਿਤਾ ਸੀ ਵੀ ਤੁਸੀਂ ਚਾਹੁੰਦੇ ਸੀ ਵੀ ਇੰਜੀਨੀਅਰ ਬਣੇ ਮੁੰਡਾ ਉਹ ਬਣ ਗਿਆ ਹੁਣ ਮੈਨੂੰ ਮੇਰਾ ਕੰਮ ਕਰ ਲੈਂਦਾ ਉਹਨਾਂ ਵੀ ਸਪੋਰਟ ਕੀਤੀ ਸੋ 2014 ਦੇ ਵਿੱਚ ਮੇਰਾ ਪਹਿਲਾ ਗੀਤ ਜਿਹੜਾ ਸੀ ਉਹ ਮਾਰਕੀਟ 'ਚ ਆਇਆ ਕਿਹੜਾ ਗਾਣਾ ਸੀ ਤਾਰਿਆਂ ਦੀ ਲੋਈ ਤਾਰਿਆਂ ਦੀ ਲੋਈ ਜੀ ਬਹੁਤ ਵਧੀਆ ਅਤੇ ਆਪਾਂ ਅੱਗੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ ਪਹਿਲਾ ਜਿਹੜਾ ਗਾਣਾ ਸੀ ਉਹਦੇ ਇੱਕ ਦੋ ਬੋਲ ਤੁਸੀਂ ਸੁਣਾਓਗੇ ਜੀ ਜ਼ਰੂਰ ਹਾਂਜੀ ਦੀਦ ਤੇਰੀ ਨੂੰ ਚੰਨਾ ਤਰਸਣ ਨੈਣ ਵੇ ਰੁਕਦੇ ਨਾ ਹੁਣ ਤਾਏ ਪਲ ਪਲ ਵੈਣ ਵੇ ਚੰਦਰਾਏ ਦਿਲ ਮੇਰਾ ਕਿਤੇ ਨਾ ਖਲੋਏ ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਖੂਬ ਵਧੀਆ ਇਹ ਤੁਹਾਡੇ ਲਿਖੀਆਂ ਲਾਈਨਾਂ ਸੀ ਹਾਂਜੀ ਇਹ ਇੱਕ ਸਾਡੇ ਟੀਚਰ ਹੁੰਦੇ ਸੀ ਕਿਰਨਦੀਪ ਸਿੰਘ ਅੱਛਾ ਜੀ ਸੋ ਉਹਨਾਂ ਕੋਲ ਲਾਈਨ ਲਿਖੀ ਪਈ ਸੀ ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ ਹਾਂਜੀ ਉਹਨਾਂ ਦਿਨਾਂ 'ਚ ਉਹਨਾਂ ਨਾਲ ਕਾਫੀ ਨੇੜਤਾ ਸੀ ਅਤੇ ਉਹ ਮੈਨੂੰ ਕਹਿੰਦੇ ਵੀ ਵੀਰ ਮੇਰੇ ਕੋਲ ਆ ਇੱਕ ਲਾਈਨ ਹੈ ਅੱਗੇ ਪਿੱਛੇ ਕੁਛ ਨਹੀਂ ਹੈਗਾ ਅਤੇ ਅੱਗੇ ਪਿੱਛੇ ਆਪਾਂ ਕਰ ਲੈਂਦੇ ਨਾਲ ਮਿਲ ਕੇ ਮੈਂ ਕਿਹਾ ਠੀਕ ਹੈ ਫਿਰ ਉਹਦੇ ਅੱਗੇ ਪਿੱਛੇ ਮੈਂ ਡਿਵੈਲਪ ਕੀਤਾ ਜੋੜ ਕੇ ਡਿਵੈਲਪ ਕਰਕੇ ਕੰਪੋਜੀਸ਼ਨ ਬਣਾ ਕੇ ਫਿਰ ਇੱਦਾਂ ਸਾਹਮਣੇ ਅਤੇ ਕੰਪੋਜੀਸ਼ਨ ਵੀ ਆਪ ਬਣਾਉਂਦੇ ਜੀ ਆਪ ਸਭ ਕੁਛ ਆਪ ਕਰਦੇ ਹਾਂ ਆਪ ਲਿਖਦੇ ਹਾਂ ਆਪ ਕੰਪੋਜੀਸ਼ਨ ਬਣਾਉਂਦੇ ਹਾਂ ਵੈਸੇ ਜਿਵੇਂ ਗੱਲ ਕਰੀਏ ਤੁਹਾਡੇ ਗਾਣੇ ਲਿਖੇ ਹੋਏ ਹੋਰਾਂ ਨੇ ਵੀ ਗਏ ਹੈ ਤੁਹਾਡੀ ਨੇੜਤਾ ਅਮਰਿੰਦਰ ਗਿੱਲ ਨਾਲ ਵੀ ਹੋਈ ਕਦੋਂ ਹੋਈ ਉਹਨਾਂ ਨਾਲ 2016 ਦੇ ਵਿੱਚ ਜੀ ਅੱਛਾ ਜੀ ਤੁਸੀਂ ਵੀ ਇਹਨਾਂ ਨੂੰ ਲਾਈਵ ਸੁਣ ਸਕਦੇ ਹਾਂ ਲਾਈਵ ਜਿਹੜੇ ਇਹਨਾਂ ਦੇ ਗਾਣੇ ਤੁਸੀਂ ਸੁਣੇ ਪਹਿਲਾਂ ਬਹੁਤ ਹੈ ਲੇਕਿਨ ਜਿਵੇਂ ਇਹਨਾਂ ਦੱਸਿਆ ਕਿ ਕੁਛ ਗੱਲਾਂ ਰਹਿ ਗਈਆਂ ਗਾਣਿਆਂ ਦੀਆਂ ਜੇ ਗਾਣੇ ਦੇ ਕੁਛ ਹਿੱਸੇ ਰਹਿ ਗਏ ਆ ਉਹ ਵੀ ਉੱਥੇ ਸੁਣਾਏ ਜਾਣਗੇ ਅਤੇ ਬਹੁਤ ਵਧੀਆ ਜੀ ਸ਼ੁਕਰੀਆ ਇਸ ਗਾਣੇ ਦੀਆਂ ਦੋ ਲਾਈਨਾਂ ਜ਼ਰੂਰ ਜੀ ਜ਼ਰੂਰ ਹਾਂਜੀ ਦੇਸ ਹੋਵੇ ਪਰਦੇਸ ਹੋਵੇ ਉਹ ਬਾਂ ਨਹੀਂ ਛੱਡਦਾ ਦੁਨੀਆ ਬੂਹੇ ਪੇੜ ਦੀ ਉਹ ਰਸਤੇ ਕੱਢਦਾ ਚੋਰਾ ਕਾਤੋਂ ਸੋਹਣਿਆ ਤੇਰੇ ਦਿਲ ਨੂੰ ਰਹਿੰਦਾ ਜਿੱਥੇ ਮਾਲਕ ਰੱਖਦਾ ਏ ਰਹਿਣਾ ਪੈਂਦਾ ਜਿੱਥੇ ਮੌਲਾ ਰੱਖਦਾ ਏ ਰਹਿਣਾ ਪੈਂਦਾ ਬਹੁਤ ਵਧੀਆ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਇਸ ਗਾਣੇ ਦੇ ਵੀ ਤੁਸੀਂ ਦੱਸਿਆ ਕੁਛ ਰਹਿ ਗਏ ਪਾਰਟ ਜਿਹੜੇ ਆ ਉਹ ਲਾਈਵ 'ਤੇ ਤੁਸੀਂ ਜਿਹੜੇ ਉਹ ਸੁਣਾਵਾਂਗੇ ਬਿਲਕੁਲ ਜੀ ਅਸੀਂ ਲਾਈਵ 'ਤੇ ਸੁਣਾਂਗੇ ਮੈਂ ਹੁਣ ਤੁਹਾਨੂੰ ਨਹੀਂ ਕਹੂੰਗਾ ਉਹ ਸੁਣਾਉਣ ਵਾਸਤੇ ਅਸੀਂ ਵੀ ਉੱਥੇ ਪਹੁੰਚਾਂਗੇ ਲਾਈਵ ਸੁਣਾਂਗੇ ਸਾਰਾ ਕੁਛ ਅਤੇ ਬਿਲਕੁਲ ਜਿਵੇਂ ਤੁਸੀਂ ਦੱਸਿਆ ਪੂਰੀ ਟੀਮ ਤੁਹਾਡੇ ਨਾਲ ਹੋਣੀ ਹੈ ਅਤੇ ਟੀਮ ਦੇ ਨਾਲ ਉਹਨੂੰ ਪਰਫੋਰਮ ਕਰੋਗੇ ਅਤੇ ਉਹ ਹੋਰ ਵੀ ਜ਼ਿਆਦਾ ਵਧੀਆ ਹੋਏਗਾ ਮੇਰੀ ਕੋਸ਼ਿਸ਼ ਵੀ ਇਹ ਹੁੰਦੀ ਹੈ ਕਿ ਜਿਹੜੇ ਸਾਡੇ ਰਵਾਇਤੀ ਸਾਜ਼ ਨੇ ਨਾ ਉਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਅੱਛਾ ਜੀ ਜਿੱਦਾਂ ਸਰੰਗੀ ਹੋ ਗਈ ਅੱਛਾ ਸਰੰਗੀ ਨਾਲ ਹੋ ਗਈ ਫਲੂਟ ਹੋ ਗਈ ਇਹ ਚੀਜ਼ਾਂ ਨੂੰ ਮੈਂ ਨਾਲ ਲੈ ਕੇ ਚੱਲਦਾ ਸ਼ੋਜ਼ ਦੇ ਵਿੱਚ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਜਿਹੜਾ ਮਾਹੌਲ ਹੈ ਉਹ ਪੁਰਾਣਾ ਐਥਨਿਕ ਜਿਹੜਾ ਸਾਡਾ ਸੀਗਾ ਉੱਦਾਂ ਦਾ ਬਣਾ ਕੇ ਰੱਖਿਆ ਜਾਵੇ ਜੀ ਜੀ ਇੱਕ ਗਾਣਾ ਪਿੱਛੇ ਜੀ ਤੁਹਾਡਾ ਸੀ ਆ ਰਣਜੀਤ ਬਾਵਾ ਜੀ ਨੇ ਉਹ ਗਾਇਆ ਸੀ ਜਿਵੇਂ ਮੇਰਾ ਕੀ ਕਸੂਰ ਉਹਦੇ 'ਤੇ ਕਾਫੀ ਕੰਟਰੋਵਰਸੀ ਹੋਈ ਸੀ ਅਤੇ ਉਹ ਤੁਹਾਡਾ ਲਿਖਿਆ ਸੀ ਅਤੇ ਕੀ ਕਹਿਣਾ ਚਾਹੋਗੇ ਬਾਰੇ ਹਾਂ ਕਹਿਣਾ ਤਾਂ ਕੁਛ ਨਹੀਂ ਕਹਿਣ ਨੂੰ ਤਾਂ ਜੋ ਕੁਛ ਸੀਗਾ ਮੈਂ ਗਾਣੇ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਗੱਲ ਸਿਰਫ ਇੰਨੀ ਹੈ ਕਿ ਸਾਡੇ ਅੰਦਰ ਨਾ ਬੜੀ ਤਰ੍ਹਾਂ ਦੇ ਵਿਤਕਰੇ ਬੈਠੇ ਹੋਏ ਆ ਅਜੇ ਵੀ ਸਿਰਫ ਆਪਾਂ ਸਿਰਫ ਜ਼ਾਤ ਦੀ ਗੱਲ ਨਹੀਂ ਹਰੇਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਇਹ ਚੀਜ਼ ਇਹ ਕੰਪਲੈਕਸ 'ਚੋਂ ਨਿਕਲਦਾ
ਕਈ ਵਾਰੀ ਉਹਦੇ ਫੈਮਿਲੀ ਦਾ ਜਿਹੜਾ ਲੀਡਿੰਗ ਪਰਸਨ ਹੁੰਦਾ ਆ, ਜਿਹੜਾ ਡੋਮੀਨੇਟਿੰਗ ਪਰਸਨ ਹੁੰਦਾ ਫੈਮਿਲੀ ਦਾ, ਕਈ ਵਾਰੀ ਉਹ ਦਬਾਉਂਦਾ ਹੈ ਸਾਨੂੰ। ਹਾਂਜੀ, ਜਿੱਥੇ ਅਸੀਂ ਕੰਮ ਕਰਦੇ ਹਾਂ ਸਾਡਾ ਬੌਸ ਦਬਾਉਂਦਾ ਹੈ ਸਾਨੂੰ। ਹਾਂਜੀ, ਠੀਕ ਹੈ। ਅਸੀਂ ਕਿਸੇ ਮਾਰਕੀਟ 'ਚੋਂ ਕੁਛ ਖਰੀਦ ਰਹੇ ਹਾਂ ਜਾਂ ਕੁਛ ਲੈ ਰਹੇ ਹਾਂ, ਉੱਥੇ ਜਿਹੜਾ ਕੋਈ ਸਾਡੇ ਤੋਂ ਰਈਸ ਹੋਊਗਾ ਉਹ ਆਪਣਾ ਦਬਕਾ ਰੱਖਦਾ। ਇਹ ਹਰ ਥਾਂ 'ਤੇ ਆ, ਹਰ ਜ਼ਿੰਦਗੀ ਦੇ ਹਰ ਨਿੱਕੇ ਤੋਂ ਵੱਡੇ ਪਹਿਲੂ ਦੇ ਵਿੱਚ ਇਹ ਚੀਜ਼ ਹੈ। ਮਾਪੇ ਇੱਥੇ ਤਾਂ ਇਹਨਾਂ ਮੁਲਕਾਂ 'ਚ ਤਾਂ ਚਲੋ ਫਿਰ ਥੋੜ੍ਹੀ ਸਿਆਣਪ ਨਾਲ ਬੱਚਿਆਂ ਨੂੰ ਟ੍ਰੀਟ ਕੀਤਾ ਜਾਂਦਾ, ਸਾਡੇ ਤਾਂ ਉੱਥੇ ਕਿ ਬੱਚਾ ਜੇ ਕੋਈ ਘਰਦਿਆਂ ਨੂੰ ਸਲਾਹ ਵੀ ਦੇਣ ਦੀ ਕੋਸ਼ਿਸ਼ ਕਰਦਾ ਤਾਂ ਇਹੋ ਕਿਹਾ ਜਾਂਦਾ ਵੀ ਤੇਰੀ ਉਮਰ ਛੋਟੀ ਆ ਤੇ ਤੂੰ ਸਾਨੂੰ ਮਤਾਂ ਦੇਣ ਲੱਗ ਗਿਆ, ਹੈ ਨਾ। ਸੋ ਸਿਆਣਪ ਜਿਹੜੀ ਆ ਉਹ ਉਮਰ ਦੇਖ ਕੇ ਨਹੀਂ ਆਉਂਦੀ, ਬਿਲਕੁਲ ਸਹੀ ਗੱਲ, ਉਹ ਜ਼ਾਤ ਦੇਖ ਕੇ ਨਹੀਂ ਆਉਂਦੀ, ਉਹ ਮਜ਼ਹਬ ਦੇਖ ਕੇ ਨਹੀਂ ਆਉਂਦੀ, ਹੈ ਨਾ। ਉਹ ਕਿਸੇ ਨੂੰ ਵੀ ਕਿਸੇ ਵੇਲੇ ਆ ਸਕਦੀ ਹੈ, ਇਹ ਉਸ ਪਰਮਾਤਮਾ ਦੀ ਕਿਰਪਾ ਕਿਹਦੇ 'ਤੇ ਹੋ ਜਾਣੀ। ਹਾਂਜੀ, ਇਹਦਾ ਕੋਈ ਕ੍ਰਾਈਟੀਰੀਆ ਨਹੀਂ ਹੈਗਾ, ਹੈ ਨਾ, ਕਿਰਪਾ ਹੈ। ਪਰ ਉਹ ਜਿਹੜਾ ਕੰਪਲੈਕਸ ਆ ਨਾ, ਉਹ ਅਸੀਂ ਉਹ ਸਾਰਿਆਂ ਨੇ ਅਸੀਂ ਹੰਢਾਇਆ ਵੀ ਆ, ਅਸੀਂ ਵਿਕਟਿਮ ਵੀ ਹਾਂ ਐਟ ਦ ਸੇਮ ਟਾਈਮ, ਅਸੀਂ ਮੁਜਰਮ ਵੀ ਹਾਂ ਕਿਉਂਕਿ ਅਸੀਂ ਵੀ ਕਰਦੇ ਹਾਂ। ਜਿਹੜਾ ਸਾਡੇ ਤੋਂ ਛੋਟਾ ਨਾ, ਅਸੀਂ ਵੀ ਉਹਦੇ 'ਤੇ ਇਹ ਜਿਹੜਾ ਦਬਕਾ ਨਾ ਆਪਣਾ ਇਹ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹਦੇ 'ਚੋਂ ਨਿਕਲਿਆ ਹੋਇਆ ਉਹ ਗੀਤ ਹੈ। ਉਹ ਇਹ ਨਹੀਂ ਕਿ ਸਿਰਫ ਇਹੋ ਗੱਲ ਨਹੀਂ ਵੀ ਤੁਸੀਂ ਉਹਨੂੰ ਜ਼ਾਤਾਂ 'ਤੇ ਜਾਂ ਉਹਨੂੰ ਧਰਮ ਦੇ ਉੱਤੇ ਲੈ ਕੇ ਅਸੀਂ ਰੱਖੀਏ, ਉਹ ਆਹ ਸਾਰੇ ਪਹਿਲੂਆਂ ਦੇ ਉੱਤੇ ਹੈ ਜੀ। ਕਿ ਜੇ ਬਾਈ ਤੂੰ ਤਕੜੇ ਕਰਦਾ, ਜੇ ਤੇਰੀ ਪਹੁੰਚ ਹੈਗੀ ਆ, ਤਾਂ ਜੇ ਮੈਂ ਮਾੜਾ ਹਾਂ ਤਾਂ 'ਚ ਮੇਰਾ ਕੀ ਕਸੂਰ ਹੈ। ਹਰ ਮਾੜਾ ਇੱਕ ਦਿਨ ਤਕੜਾ ਹੋ ਜਾਂਦਾ, ਹਰ ਰਾਜਾ ਰੰਕ ਬਣਦਾ ਅਤੇ ਰੰਕ ਰਾਜਾ ਬਣ ਜਾਂਦਾ, ਇਹ ਸਮੇਂ ਦੀ ਖੇਡ ਹੈ ਜੀ, ਹੈ ਨਾ। ਪਰ ਉਹਦੇ ਉੱਤੇ ਜਿਹੜੀ ਆਪਾਂ ਕਹਿ ਲਈਏ ਜੱਜਮੈਂਟ ਬਣਾ ਕੇ ਉਹਨੂੰ ਨੀਵਾਂ ਵਿਖਾਉਣਾ, ਇਹ ਸਾਡਾ ਸਿਧਾਂਤ ਨਹੀਂ ਜੀ। ਜੀ ਬਿਲਕੁਲ, ਉਹਦੇ ਵਿੱਚ ਪੂਰੇ ਅਗਰ ਗੀਤ ਨੂੰ ਸੁਣੀਏ ਤਾਂ ਉਹ ਤਾਂ ਬਿਲਕੁਲ ਸਾਰਿਆਂ ਦੀ ਗੱਲ ਸਾਂਝ ਕੀਤੀ ਹੈ, ਲੇਕਿਨ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਉਹ ਲਿਖਿਆ ਗਿਆ ਜੀ। ਬਹੁਤ ਵਧੀਆ, ਤੁਸੀਂ ਬਹੁਤ ਸੋਹਣਾ ਲਿਖਿਆ ਜੀ, ਸ਼ੁਕਰੀਆ। ਅਤੇ ਗੱਲ ਖਾਸ ਤੌਰ 'ਤੇ ਮੈਂ ਕਰਾਂਗਾ, ਜਿਵੇਂ ਐਕਟ ਸਿੰਗਰ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਕੀ ਟ੍ਰੈਂਡ ਹੈ ਤੁਹਾਨੂੰ ਵੀ ਪਤਾ ਹੈ ਕਿ ਇਸ ਇੰਡਸਟਰੀ ਵਿੱਚ ਸਿੰਗਰ ਜਿਹੜੇ ਉਹ ਐਕਟਰ ਬਣ ਗਏ ਆ ਜ਼ਿਆਦਾਤਰ ਫਿਲਮਾਂ ਦੇ ਵਿੱਚ, ਜਿੰਨੇ ਪੰਜਾਬੀ ਫਿਲਮਾਂ ਦੀ ਗੱਲ ਕਰਦਾ ਨਾ, ਹਿੰਦੀ ਦੀ ਨਹੀਂ ਗੱਲ ਕਰਦਾ, ਅਤੇ ਪੰਜਾਬੀ ਫਿਲਮ ਵਿੱਚ ਮੋਸਟਲੀ ਜਿਹੜੇ ਐਕਟਰ ਹੈ ਹੀਰੋ ਹੈ ਉਹ ਸਿੰਗਰ ਹੀ ਹੈ, ਤੁਹਾਡਾ ਕੀ ਵਿਚਾਰ ਹੈ ਅਤੇ ਤੁਸੀਂ ਆਪਣਾ ਕੋਈ ਫਿਲਮੀ ਕੈਰੀਅਰ ਐਜ ਏ ਐਕਟਰ ਕਦੋਂ? ਮੈਨੂੰ ਨਾ ਇਹ ਸਵਾਲ ਬਹੁਤ ਵਾਰ ਪੁੱਛਿਆ ਜਾਂਦਾ, ਔਰ ਬਹੁਤ ਵਾਰ ਮੈਨੂੰ ਮੋਟੀਵੇਟ ਵੀ ਕੀਤਾ ਜਾਂਦਾ ਕਿ ਸੰਪੂਰਨ ਗੁਰਸਿੱਖਿਆਂ ਤੋਂ ਤੈਨੂੰ ਚਾਹੀਦਾ ਆ ਕਿ ਤੂੰ ਇਸ ਇੰਡਸਟਰੀ ਦੇ ਵਿੱਚ ਬਤੌਰ ਐਕਟਰ ਆਵੇਂ, ਪਰ ਮੈਂ ਹਮੇਸ਼ਾ ਇਹੀ ਜਵਾਬ ਦਿੰਦਾ ਕਿ ਅਜੇ ਤੱਕ ਮੈਂ ਸੋਚਿਆ ਨਹੀਂ, ਨਾ ਮੈਂ ਮਨ ਬਣਾ ਸਕਿਆ ਅਤੇ ਨਾ ਮੇਰੀ ਕੋਈ ਇਹਦੇ ਉੱਤੇ ਸਕਿੱਲ ਦੇ ਉੱਤੇ ਕੋਈ ਮੇਰੀ ਪਕੜ ਹੈਗੀ ਆ। ਐਕਟਿੰਗ ਵਾਲੇ ਪਾਸੇ ਮੇਰਾ ਹੱਥ ਥੋੜ੍ਹਾ ਜਿਹਾ ਟਾਈਟ ਆ, ਅਤੇ ਮੈਂ ਜੇ ਕਦੀ ਜ਼ਿੰਦਗੀ 'ਚ ਆਇਆ ਵੀ ਤਾਂ ਸਿੱਖ ਕੇ ਆਊਂਗਾ, ਉਹ ਤਾਂ ਆਉਣ ਬਾਰੇ ਸੋਚ ਨਹੀਂ ਸਕਦਾ। ਅਜੇ ਜਿਹੜੇ ਕੰਮ 'ਚ ਮੈਂ ਲੱਗਿਆ ਆ, ਲਿਖਣ ਦਾ, ਗਾਉਣ ਦਾ, ਇਹਦੇ 'ਚ ਬਹੁਤ ਕੁਛ ਆ ਜਿਹੜਾ ਮੈਂ ਐਕਸਪਲੋਰ ਕਰਨਾ ਚਾਹੁੰਦਾ, ਫਿਲਹਾਲ ਮੈਂ ਉਹਦੇ 'ਤੇ ਫੋਕਸਡ ਹਾਂ, ਅਤੇ ਬਾਕੀ ਜਦੋਂ ਜੋ ਕੁਦਰਤ ਨੇ ਕਰਾਉਣਾ ਕਰਾਈ, ਜੇ ਕਰਾਉਣਾ ਹੋਇਆ ਤਾਂ ਹੋ ਸਕਦਾ ਭਾਵੇਂ ਅਗਲੇ 10 ਦਿਨਾਂ ਨੂੰ ਕੋਈ ਮੂਵੀ ਕਰਦਾ ਹੋਵਾਂ, ਇਹ ਉਹਦੇ 'ਤੇ ਆ, ਪਰ ਮਨ ਕਰਕੇ ਅਜੇ ਕੋਈ ਫੈਸਲਾ ਨਹੀਂ ਲਿਆ। ਠੀਕ ਹੈ ਜੀ। ਅਤੇ ਖਾਸ ਤੌਰ 'ਤੇ ਗੱਲ ਅਸੀਂ ਗਾਣੇ ਦੀ ਕਰਦੇ ਹਾਂ, ਜਿਵੇਂ ਗਾਣੇ ਦੇ ਵਿੱਚ ਜੋ ਤੁਹਾਡੇ ਮਨ ਦੇ ਵਲਵਲੇ ਆ ਤੁਸੀਂ ਗੀਤ ਰਾਹੀਂ ਪੇਸ਼ ਕਰਦੇ ਹਾਂ, ਜੋ ਤੁਹਾਡੇ ਵਿਚਾਰ ਹੁੰਦੇ ਆ, ਜੋ ਬੰਦਾ ਕਈ ਵਾਰੀ ਬੋਲ ਕੇ ਨਹੀਂ ਕਹਿ ਸਕਦਾ, ਗਾ ਕੇ ਜਾਂ ਲਿਖ ਕੇ ਉਸ ਚੀਜ਼ ਨੂੰ ਸਾਹਮਣੇ ਦੁਨੀਆ ਦੇ ਪੇਸ਼ ਕਰ ਸਕਦਾ। ਅਤੇ ਅੱਜ ਕੱਲ੍ਹ ਦੇ ਮਾਹੌਲ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਸਿੰਗਰ ਜਿਹੜੇ ਹੈ ਕਿ ਜ਼ਿਆਦਾਤਰ ਨਸ਼ਿਆਂ ਦੀ ਗੱਲ ਕਰਦੇ ਆ, ਹਥਿਆਰਾਂ ਦੀ ਗੱਲ ਕਰਦੇ ਹੈ, ਇੱਦਾਂ ਦੀਆਂ ਗੱਲਾਂ ਜ਼ਿਆਦਾ ਹੁੰਦੀਆਂ, ਮਾਰ ਤਾਰ ਵਾਲੀਆਂ ਗੱਲ ਹੁੰਦੀਆਂ। ਇੱਕ ਗਾਣਾ ਸੁਣ ਕੇ ਨਾ ਅਤੇ ਬੰਦੇ ਨੂੰ ਤੁਹਾਡੇ ਰੂਹ ਨੂੰ ਸਕੂਨ ਜਿਹਾ ਮਿਲਣਾ ਚਾਹੀਦਾ, ਉਲਟ ਕੇ ਗਾਣਾ ਸੁਣ ਕੇ ਤਾਂ ਉਹ ਜ਼ਿਆਦਾ ਬੰਦਾ ਨਾ ਹੋਰ ਤਰ੍ਹਾਂ ਹੋ ਜਾਂਦਾ। ਕੀ ਕਹਿਣਾ ਚਾਹੋਗੇ? ਕਹਿਣਾ ਤਾਂ ਕੀ ਹੈ, ਬੇਨਤੀ ਆ ਇਹਨਾਂ ਸਾਰੇ ਭਰਾਵਾਂ ਨੂੰ ਜਿਹੜੇ ਗੀਤਕਾਰ ਨੇ, ਕਿ ਜਦੋਂ ਲਿਖਦੇ ਹੁੰਦੇ ਹੋ ਨਾ ਤਾਂ ਇਹ ਗੱਲ ਸਮਝ ਲਿਆ ਕਰੋ, ਅਕਸਰ ਨਾ ਸਾਡੇ ਇਹ ਗੀਤਕਾਰ ਜਾਂ ਗਾਇਕ ਇਹ ਸ਼ਿਕਾਇਤ ਕਰਦੇ ਨੇ ਕਿ ਚੰਗਾ ਲੋਕ ਸੁਣਦੇ ਨਹੀਂ। ਮੈਂ ਇਹ ਬੇਨਤੀ ਕਰਦਾ ਕਿ ਮੰਨ ਲਓ ਮੇਰਾ ਬੱਚਾ ਕਿਸੇ ਐਸੀ ਚੀਜ਼ ਦੀ ਮੇਰੇ ਤੋਂ ਡਿਮਾਂਡ ਕਰੇ ਜਿਹੜੀ ਉਹਦੇ ਲਈ ਹਾਨੀਕਾਰਕ ਹੈ, ਹੈ ਨਾ, ਤਾਂ ਮੈਂ ਉਹਦੇ ਹੱਥ 'ਚ ਤਾਂ ਨਹੀਂ ਫੜਾਊਂਗਾ। ਹੁਣ ਨਿੱਕਾ ਨਿਆਣਾ ਮੈਨੂੰ ਆਖੇ ਵੀ ਮੈਨੂੰ ਛੁਰੀ ਫੜਾ ਦਿਉ, ਹੁਣ ਤੇਜ਼ ਚਾਕੂ ਨਿਆਣੇ ਦੇ ਹੱਥ 'ਚ ਦੇਵਾਂਗੇ ਤਾਂ ਜਾਂ ਤਾਂ ਉਹਨੂੰ ਵਰਤਣਾ ਸਿਖਾਈਏ ਪਹਿਲਾਂ, ਫਿਰ ਹੀ ਹੱਥ 'ਚ ਫੜਾਵਾਂਗੇ, ਉੱਦਾਂ ਤਾਂ ਨਹੀਂ ਫੜਾ ਸਕਦੇ। ਅਤੇ ਜੇ ਉਹ ਜ਼ਿੱਦ ਕਰ ਰਿਹਾ ਕਿ ਫੜਾਓ ਤਾਂ ਆਪਾਂ ਫੜਾ ਤਾਂ ਨਹੀਂ ਦੇਵਾਂਗੇ, ਅਸੀਂ ਆਪਣੀ ਜ਼ਿੰਮੇਵਾਰੀ, ਆਪਣੀ ਸਿਆਣਪ ਤਾਂ ਸਮਝਾਂਗੇ ਨਾ, ਸਾਡੀ ਸਿਆਣਪ ਇਹ ਹੈ ਵੀ ਅਸੀਂ ਦੇਣਾ ਨਹੀਂ। ਸਿਮਿਲਰਲੀ ਆਰਟਿਸਟ ਦੀ ਰਿਸਪੋਂਸੀਬਿਲਟੀ ਹੁੰਦੀ ਆ ਉਹਨੂੰ ਆਪਣੇ ਲੋਕਾਂ ਨੂੰ, ਆਪਣੀ ਆਡੀਅੰਸ ਨੂੰ ਆਪਣੇ ਬੱਚੇ ਵਾਂਗ ਟ੍ਰੀਟ ਕਰਨਾ ਚਾਹੀਦਾ, ਕਿ ਇਹਨਾਂ ਦੇ ਕੰਨਾਂ 'ਚ ਮੈਂ ਕਿਹੜੀ ਗੱਲ ਪਾਉਣੀ ਹੈ ਔਰ ਉਸ ਗੱਲ ਦਾ ਨਤੀਜਾ ਕੀ ਹੋਊਗਾ। ਜੇ ਦੇਖੋ ਕਾਲੀ ਯੁੱਗ ਨੂੰ ਸੁਣ ਕੇ
ਕਾਲੀਯੁਗ ਦੀ ਗੱਲਾਂ ਜਦੋਂ ਆਪਾਂ ਕਰਦੇ ਹਾਂ ਜੀ, ਉਹਦਾ ਪ੍ਰਭਾਵ ਬਹੁਤ ਛੇਤੀ ਪੈਂਦਾ। ਹਾਂਜੀ, ਚੰਗੀ ਗੱਲ ਜਿਹੜੀ ਆ ਉਹਨੂੰ ਅਡੋਪਟ ਕਰਨ ਲੱਗਿਆਂ ਬਹੁਤ ਟਾਈਮ ਲੱਗਦਾ ਹੈ ਨਾ। ਜਿਹੜਾ ਫਿਰ ਇੱਥੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਜਿਹੜਾ ਗਾਣਾ ਹਥਿਆਰਾਂ ਨੂੰ, ਨਸ਼ਿਆਂ ਨੂੰ ਜਾਂ ਉਸ ਉਸ ਕਲਚਰ ਦੀ ਗੱਲ ਕਰਦਾ ਜਿਹੜਾ ਸਾਨੂੰ ਨਹੀਂ ਪਸੰਦ ਹੈ ਨਾ, ਹਾਂਜੀ, ਉਹ ਬਹੁਤ ਛੇਤੀ ਪ੍ਰਮੋਟ ਹੁੰਦਾ ਜੀ, ਉਹ ਬਹੁਤ ਛੇਤੀ ਅੱਗ ਵਾਂਗੂ ਫੈਲਦਾ ਹੈ ਨਾ, ਕਿਉਂਕਿ ਉਹ ਸਾਰੇ ਉੱਦਾਂ ਦੀ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਜਿਹੜੀ ਨਾ ਉਹ ਅੱਜ ਕੱਲ੍ਹ ਲੱਭਦੇ ਆ। ਹਾਂਜੀ, ਸਕੂਨ ਵਾਲੀ ਜ਼ਿੰਦਗੀ ਲੱਭਣ ਵਾਲੇ ਬਹੁਤ ਘੱਟ ਨੇ ਜੀ। ਐਸ਼ ਪ੍ਰਸਤੀ, ਵੱਡੀ ਗੱਡੀ ਹੋਵੇ, ਵੱਡਾ ਘਰ ਹੋਵੇ, ਆਸੇ ਪਾਸੇ ਲੋਕ ਹੋਣ, ਬਾਊਂਸਰ ਹੋਣ, ਹਥਿਆਰ ਹੋਣ, ਉਹ ਚੀਜ਼ਾਂ ਦੇ ਵਿੱਚ ਲੋਕ ਆਪਣੀ ਆਪਣਾ ਜਿੱਦਾਂ ਕਿ ਇਹਨੂੰ ਕਹਿ ਸਕਦੇ ਹਾਂ ਕਿ ਫੈਂਟਸੀ ਇੱਦਾਂ ਦੀ ਬਣਾ ਲਈ ਲੋਕਾਂ ਨੇ ਆਪਾਂ। ਹਾਂਜੀ, ਪਰ ਗੱਲ ਇਹ ਹੈ ਕਿ ਆਰਟਿਸਟ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਰਿਸਪੋਂਸੀਬਿਲਟੀ ਉਹਦੇ ਮੋਢਿਆਂ 'ਤੇ ਆ ਕਿ ਉਹ ਆਪਣੇ ਬੱਚੇ ਨੂੰ ਕੀ ਸਰਵ ਕਰਦਾ, ਆਪਣੀ ਆਡੀਅੰਸ ਨੂੰ ਕੀ ਸਰਵ ਕਰਦਾ। ਠੀਕ ਹੈ, ਜੇ ਆਡੀਅੰਸ ਮਾੜਾ ਮੰਗਦੀ ਆ ਇਹਦਾ ਮਤਲਬ ਇਹ ਨਹੀਂ ਤੁਸੀਂ ਮਾੜਾ ਦੇ ਦੋਗੇ, ਫਿਰ ਤੁਸੀਂ ਆਪਣੀ ਜ਼ਿੰਮੇਦਾਰੀ ਤੋਂ ਭੱਜ ਰਹੇ। ਬਿਲਕੁਲ, ਤੁਹਾਡੀ ਗੱਲ ਸਹੀ ਹੈ ਕਿ ਆਮ ਤੌਰ 'ਤੇ ਜੇ ਕਿਸੇ ਨਾਲ ਗੱਲ ਕਰੀਏ ਨਾ, ਖਾਸ ਤੌਰ ਸਿੰਗਰ ਨਾਲ ਗੱਲ ਕਰੀਏ, ਐਕਟਰ ਨਾਲ ਗੱਲ ਕਰੀਏ, ਤਾਂ ਇਹੀ ਜਵਾਬ ਦਿੰਦੇ ਆ ਅਸੀਂ ਕੀ ਕਰੀਏ ਜੀ, ਲੋਕ ਸੁਣਨਾ ਹੀ ਚਾਹੁੰਦੇ ਆ, ਦੇਖਣਾ ਹੀ ਚਾਹੁੰਦੇ ਆ। ਤੁਸੀਂ ਆਰਟਿਸਟ ਨਹੀਂ, ਤੁਸੀਂ ਬਿਜ਼ਨਸਮੈਨ ਹੋ, ਤੁਸੀਂ ਉਹ ਚੀਜ਼ ਚਲਾਉਣੀ ਚਾਹੁੰਦੇ ਹੋ ਜਿਹਦੇ 'ਚੋਂ ਫਾਇਦਾ ਆ। ਹਾਂ, ਉਹ ਬਸ ਹਮੇਸ਼ਾ ਜਿਹੜੀ ਲੋਕ ਸੁਣਦੇ ਆ ਅਤੇ ਜਿਹਦੇ 'ਚੋਂ ਤੁਹਾਨੂੰ ਵਿਊਜ਼ ਮਿਲਦੇ ਆ ਅਤੇ ਤੁਹਾਡਾ ਕਾਰੋਬਾਰ ਠੀਕ ਚੱਲਦਾ, ਰੋਟੀ ਥੋੜ੍ਹੀ ਖਾ ਲਾਂਗੇ ਵੀਰ ਆਪਾਂ, ਕੀ ਫਰਕ ਪੈਂਦਾ। ਮੈਂ ਵੈਸੇ ਮਾਹੌਲ ਦੀ ਗੱਲ ਕਰਦਾ, ਜਿਹੜਾ ਬੰਦਾ ਜਿਸ ਮਾਹੌਲ 'ਚ ਰਹਿੰਦਾ, ਜਿੱਦਾਂ ਦਾ ਉਹ ਸੁਣਦਾ ਹੁੰਦਾ, ਜਿੱਦਾਂ ਦਾ ਇਹ ਮੇਰੇ ਨਾਲ ਖੁਦ ਇੱਕ ਵਾਰੀ ਹੋਈ ਕਿ ਮੈਂ ਇੰਡੀਆ ਗਿਆ ਅਤੇ ਮੇਰੇ ਨਾਲ ਇੱਥੋਂ ਇੰਗਲੈਂਡ ਤੱਕ ਮਾਤਾ ਜੀ ਨਾਲ ਗਏ ਅਤੇ ਅਸੀਂ ਗੱਡੀ 'ਚ ਜਾ ਰਹੇ ਹਾਂ ਅਤੇ ਇੱਕ ਟਰੈਕਟਰ ਆ ਰਿਹਾ ਸਾਹਮਣੇ, ਟਰੈਕਟਰ 'ਤੇ ਬੜੀ ਉੱਚੀ ਲਾਊਡਲੀ ਨਾ ਗਾਣਾ ਲਾਇਆ, ਗਾਣਾ ਲੱਗਿਆ ਅਤੇ ਗਾਣੇ ਵਿੱਚ ਜਿਹੜੇ ਬੋਲ ਸਿੰਘ ਅਤੇ ਮਾਤਾ ਜੀ ਮੇਰੇ ਨਾਲ ਬੈਠੇ, ਅਤੇ ਮਾਤਾ ਜੀ ਕਹਿੰਦੇ ਵੇਖ ਕਿੰਨਾ ਸੋਹਣਾ ਗਾਣਾ ਲਾਇਆ, ਕਹਿੰਦਾ ਵਾਹਿਗੁਰੂ 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 ਗਾਣੇ ਦੇ ਵਿੱਚ ਨਾ ਜੋ, ਮੈਂ ਕਿਹਾ ਮਾਤਾ ਵਾਹਿਗੁਰੂ, ਇਹ ਕਹਿੰਦਾ ਹਾਏ ਹਾਏ ਕਰੀ ਜਾਂਦਾ ਹਾਏ, ਉਹ ਮਾਤਾ ਨੂੰ ਵਾਹਿਗੁਰੂ ਸੁਣੇ। ਅਤੇ ਮਤਲਬ ਅੱਜ ਕੱਲ੍ਹ ਕੀ ਹੈ ਕਿ ਗਾਣੇ ਇੱਦਾਂ ਦੇ ਆ ਕਿ ਪਿੰਡਾਂ ਵਿੱਚ ਬੈਨ ਲੱਗ ਗਿਆ ਕਿ ਟਰੈਕਟਰ 'ਤੇ ਕੋਈ ਪਿੰਡ ਦੇ ਵਿੱਚੋਂ ਕੋਈ ਗਾਣਾ ਲਾ ਕੇ ਲੰਘ ਨਹੀਂ ਸਕਦਾ, ਕਿਉਂਕਿ ਗਾਣੇ ਚੰਗੇ ਗਾਣੇ ਆ ਹੀ ਨਹੀਂ ਰਹੇ, ਬਹੁਤ ਘੱਟ ਆ ਰਹੇ ਆ, ਇਸ ਕਰਕੇ ਉਹਨੇ ਬੈਨ ਹੀ ਕੀਤਾ ਹੋਇਆ। ਉਹ ਇਹ ਵੀ ਨਹੀਂ ਕੀਤਾ ਵੀ ਚੰਗੇ ਗਾਣੇ ਲਾ ਸਕਦੇ ਆ, ਉਹ ਕਹਿੰਦੇ ਵੀ ਬੈਨ ਹੀ ਕਰ ਦਿਉ, ਕਿਉਂ ਗਾਣੇ ਚੰਗੇ ਆ ਹੀ ਨਹੀਂ ਰਹੇ। ਅਤੇ ਫਿਲਮ ਦੀ ਗੱਲ ਕਰੀਏ ਆਪਾਂ, ਅਤੇ ਫਿਲਮ ਵੈਸੇ ਤੁਸੀਂ ਜਿਵੇਂ ਦੱਸਿਆ ਵੀ ਸਿੱਖ ਆਵਾਂਗਾ, ਕੀ ਸੋਚਿਆ ਉਹਦੇ ਵਿੱਚ ਵੀ ਜਿਵੇਂ ਤੁਹਾਡੇ ਗਾਣਿਆਂ 'ਚ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ, ਬੜਾ ਸਕੂਨ ਮਿਲਦਾ ਹੈ, ਮੈਸੇਜ ਇੱਕ ਗਾਣੇ ਵਿੱਚ ਹੁੰਦਾ, ਉਹਦੇ ਵਿੱਚ ਕੋਈ ਮੈਸੇਜ? ਇੱਕ ਤੁਸੀਂ ਛੋਟੀ ਜਿਹੀ ਚੀਜ਼ ਅਬਜ਼ਰਵ ਕਰਕੇ ਦੇਖਿਓ, ਆਪਾਂ ਸਮੇਂ 'ਚ ਜੇ ਥੋੜ੍ਹਾ ਜਿਹਾ ਪਿੱਛੇ ਜਾਈਏ ਅਤੇ ਪਿਛਲਿਆਂ ਕਵੀਆਂ ਦੀ ਜਾਂ ਥੀਏਟਰ ਆਰਟਿਸਟਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਨੂੰ ਜੇ ਆਪਾਂ ਬਚੀਏ, ਜਿੱਦਾਂ ਜੇ ਆਪਾਂ ਇਹਨਾਂ ਮੁਲਕਾਂ ਦੀ ਗੱਲ ਕਰ ਲਈਏ ਤਾਂ ਮੈਂ ਸੁਕਰਾਤ ਨੂੰ ਵੀ ਇੱਕ ਆਰਟਿਸਟ ਸਮਝਦਾ, ਪਲਾਟੋ ਨੂੰ, ਸ਼ੇਕਸਪੀਅਰ ਨੂੰ, ਜੇ ਇਹਨਾਂ ਦੀ ਗੱਲ ਕਰੀਏ ਆਪਾਂ ਤਾਂ ਆਪਾਂ ਇਹ ਦੇਖੀਏ ਵੀ ਇਹਨਾਂ ਨੇ ਕਿਹੜੀ ਚੀਜ਼ ਬਾਰੇ ਗੱਲ ਕੀਤੀ। ਜੇ ਆਪਾਂ ਆਪਣੇ ਉੱਧਰ ਜਾਂਦੇ ਹਾਂ, ਮੈਂ ਇੱਥੇ ਹੁਣ ਸਪਿਰਚੁਅਲ ਚੀਜ਼ਾਂ ਨੂੰ ਨਹੀਂ ਲੈ ਕੇ ਆਉਣਾ ਚਾਹੁੰਦਾ, ਮੈਂ ਗੁਰਬਾਣੀ ਨੂੰ ਨਹੀਂ ਲੈ ਕੇ ਆਊਂਗਾ ਇਹਦੇ ਵਿੱਚ। ਜੇ ਅਸੀਂ ਬੁੱਲੇ ਸ਼ਾਹ ਨੂੰ ਪੜ੍ਹ ਲਈਏ, ਸ਼ਾਹ ਹਾਸ਼ਮ ਨੂੰ ਪੜ੍ਹ ਲਈਏ, ਵਾਰਸ ਨੂੰ ਪੜ੍ਹ ਲਈਏ, ਇਹ ਉਸ ਵੇਲੇ ਦੇ ਜਿਹੜੇ ਕਵੀ ਸਾਡੇ ਰਹੇ ਨੇ ਪੰਜਾਬ ਦੇ, ਹੈ ਨਾ, ਇਹਨਾਂ ਨੂੰ ਪੜ੍ਹ ਲਈਏ ਤਾਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਜ਼ਿੰਦਗੀ ਦੇ ਤਜਰਬੇ, ਬਿਲਕੁਲ ਪਰਮਾਤਮਾ ਨਾਲ ਜੋੜਨ ਵਾਲੀਆਂ ਗੱਲਾਂ। ਠੀਕ ਹੈ, ਇਹ ਉਸ ਵੇਲੇ ਦੇ ਆਰਟਿਸਟ ਸੀ, ਆਰਟਿਸਟ ਦੀ ਸਹੀ ਭੂਮਿਕਾ ਨਿਭਾ ਰਹੇ ਸੀ ਸਮਾਜ ਦੇ ਵਿੱਚ। ਜਿੱਦਣ ਸੰਗੀਤ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਸੀ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਪਾਬੰਦੀ ਲੱਗ ਗਈ ਸੀ ਵੀ ਤੁਸੀਂ ਗਾ ਨਹੀਂ ਸਕਦੇ, ਉਦੋਂ ਆਰਟਿਸਟਾਂ ਨੇ ਸੰਗੀਤ ਨੂੰ ਤੇ ਕਾਵਿ ਨੂੰ ਕਿੱਦਾਂ ਸਾਂਭ ਕੇ ਰੱਖਿਆ, ਸਿਰ ਧੜ ਦੀ ਬਾਜੀ ਲਾ ਕੇ ਉਹਨਾਂ ਨੇ ਉਹ ਚੀਜ਼ ਨੂੰ ਸੁਰਜੀਤ ਕਰਕੇ ਰੱਖਿਆ। ਠੀਕ ਹੈ, ਉਹ ਚੀਜ਼ ਜਿਹੜੀ ਉਹ ਰਿਸਪੋਂਸੀਬਿਲਟੀ ਦਾ ਜਿਹੜਾ ਅਹਿਸਾਸ ਆ ਉਹ ਅੱਜ ਖਤਮ ਹੋ ਗਿਆ। ਉਹ ਵੀ ਆਰਟਿਸਟ ਸੀ ਜਿਹੜੇ ਕੰਮ ਕਰਦੇ ਸੀ ਇੱਥੋਂ ਜੀ, ਕਿ ਅੰਦਰ ਕੀ ਚੱਲ ਰਿਹਾ ਅਤੇ ਉਹ ਚੀਜ਼ ਲੋਕਾਂ ਨੂੰ ਦੱਸਣੀ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਗੱਲ ਕਰੇ ਬਿਜ਼ਨਸ ਬਣਾ ਲਏ ਨਾ, ਗੱਲ ਪੈਸਾ ਜਿਹੜਾ ਉਹ ਵੱਖਰੀ ਗੱਲ ਹੈ, ਲੇਕਿਨ ਇੱਕ ਤੁਹਾਡੀ ਆਤਮਾ ਦੀ ਖੁਰਾਕ ਜਿਹੜੀ ਹੈ, ਤੁਹਾਡਾ ਅੰਦਰੋਂ ਪੈਸ਼ਨੇਟ ਤੁਸੀਂ ਕਿੰਨੇ ਆ, ਕਿੰਨੇ ਕੁਨੈਕਟ ਕਰ ਰਹੇ ਹਾਂ ਉਸ ਚੀਜ਼ ਨਾਲ, ਉਹ ਬਹੁਤ ਜ਼ਰੂਰੀ। ਸਾਡੇ 'ਚ ਨਾ ਆਪਣਾ ਤਾਂ ਘੱਟ ਗਈ ਆ, ਮੈਂ ਇੱਕਜ਼ੈਂਪਲ ਦਿੰਦਾ, ਤੁਸੀਂ ਮੰਨ ਲਓ ਸੜਕ ਤੋਂ ਚੱਲਦੇ ਹੋਏ ਘਰ ਜਾ ਰਹੇ ਹਾਂ, ਤਾਂ ਜੇ ਤੁਸੀਂ ਰਸਤੇ 'ਚ ਚੱਲਦੇ ਕੁਛ ਮਾੜਾ ਦੇਖਿਆ ਤਾਂ ਤੁਸੀਂ ਘਰ ਜਾ ਕੇ ਉਹਦਾ ਜ਼ਿਕਰ ਨਹੀਂ ਕਰਦੇ, ਕਿਉਂਕਿ ਤੁਹਾਡੇ ਬੱਚੇ ਨੇ, ਤੁਹਾਡੀ ਫੈਮਿਲੀ ਹੈ। ਹਾਂਜੀ ਹਾਂਜੀ, ਤੁਸੀਂ ਘਰ ਜਾਓਗੇ ਤਾਂ ਤੁਸੀਂ ਇਹ ਕੋਸ਼ਿਸ਼ ਕਰੋਗੇ ਕਿ ਮੈਂ ਖੁਸ਼ਨੁਮਾ ਮਾਹੌਲ ਬਣਾ ਕੇ ਰੱਖਾਂ, ਮੈਂ ਜੋ ਦੇਖ ਕੇ ਆਇਆ ਸੀ ਮੈਂ ਵੀ ਭੁੱਲਾਂ ਅਤੇ ਇਹਨਾਂ 'ਤੇ ਉਹਦਾ ਅਸਰ ਨਾ ਪਵੇ, ਆਪਾਂ ਉਸ ਬੁਰੇ ਦਾ ਜ਼ਿਕਰ ਨਹੀਂ ਕਰਦੇ। ਠੀਕ ਹੈ, ਕਰਾਂਗੇ ਕਿੱਥੇ, ਜਿੱਥੇ ਮਤਲਬ ਜਿੱਥੇ ਆਪਾਂ ਕਹਿ ਲਓ ਕੋਈ ਚੁਗਲੀ ਦਿੰਦੇ ਆ, ਜਿੱਥੇ ਕਰ ਸਕਦੇ ਹਾਂ ਫਰੈਂਡ ਸਰਕਲ ਦੇ ਵਿੱਚ, ਫੈਮਿਲੀ 'ਚ ਨਹੀਂ ਕਰਦੇ। ਉਹਦਾ ਰੀਜ਼ਨ ਇਹ ਕਿ ਅਸੀਂ ਆਪਣੀ ਫੈਮਿਲੀ ਦਾ ਭਲਾ ਸੋਚਦੇ ਹਾਂ। ਸੋ ਇਹਦਾ ਮਤਲਬ ਕਿ ਆਰਟਿਸਟ ਵੀ ਜਿਹੜਾ ਆ ਉਹਦੇ ਵਾਸਤੇ ਸਾਰੇ ਉਹਦੇ ਫੈਨ ਜਿਹੜੇ ਆ ਉਹ ਫੈਮਿਲੀ ਹੁੰਦੇ ਆ,
ਉੱਥੇ ਕਿਹੜੀ ਗੱਲ ਕਰਨੀ ਕਿਹੜੀ ਗੱਲ ਨਹੀਂ ਕਰਨੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਿੱਦਾਂ ਇੱਕ ਬਾਪ ਨੇ ਮੰਨ ਲਓ ਪਏ ਦੇ ਵਿੱਚ ਕੁਛ ਬੁਰਾ ਹੁੰਦਾ ਦੇਖਿਆ ਤਾਂ ਉਹ ਆ ਕੇ ਬੱਚੇ ਦੇ ਕੰਨ 'ਚੋਂ ਚੀਜ਼ ਨਹੀਂ ਫੂਕਦਾ ਵੀ ਇਹ 'ਚੋਂ ਕੁਛ ਗਲਤ ਨਾ ਸਿੱਖ ਲਏ, ਹੈ ਨਾ? ਇੱਦਾਂ ਆਰਟਿਸਟ ਦੀ ਜ਼ਿੰਮੇਵਾਰੀ ਹੈ। ਅਤੇ ਤੁਹਾਡਾ ਨਾਂ ਤਾਂ ਪਹਿਲਾਂ ਮੈਂ ਗੱਲ ਦੀ ਕਰਤੀ, ਪੂਰਾ ਤੁਹਾਡਾ ਨਾਂ ਬੀਰ ਸਿੰਘ ਹੀ ਹੈ ਕਿ? ਮੇਰਾ ਪੂਰਾ ਨਾਂ ਤੇਜਵੀਰ ਸਿੰਘ ਹੈ ਜੀ। ਤੇਜਵੀਰ ਸਿੰਘ ਜੀ, ਪੂਰਾ ਨਾਂ ਤੇਜਵੀਰ ਸਿੰਘ ਹੈ ਜੀ। ਔਰ ਜਦੋਂ ਇੱਧਰ ਆਏ ਪ੍ਰੋਫੈਸ਼ਨ ਦੇ ਵਿੱਚ, ਫਿਰ ਉਹ ਜਿਹੜਾ ਬੰਦਾ ਉਦੋਂ ਨਾਲ ਸੀ ਸਾਡੇ ਬੱਲੀਕਲ ਸੀ, ਹੋਲੈਂਡ ਰਹਿੰਦੇ ਆ, ਉਹ ਕਹਿੰਦੇ ਯਾਰ ਆਪਾਂ ਜਾਂ ਤੇਜ ਸਿੰਘ ਕਰ ਲਈਏ ਜਾਂ ਤੇਜ ਗਿੱਲ ਕਰ ਲਈਏ। ਮੈਂ ਕਿਹਾ ਸਿੰਘ ਤਾਂ ਨਹੀਂ ਮੈਂ ਲਾਉਣਾ, ਅਤੇ ਫਿਰ ਕਹਿੰਦੇ ਤੂੰ ਤੇਜ ਸਿੰਘ ਕਰ ਲਾ। ਮੈਂ ਕਿਹਾ ਨਹੀਂ ਆਪਾਂ ਵੀਰ ਸਿੰਘ ਕਰ ਲੈਣਾ, ਚੱਲ ਇਹ ਕਰ ਲਾ, ਠੀਕ ਹੈ। ਅਤੇ ਉਦੋਂ ਨਾਂ ਜਿਹੜਾ ਸੀ ਉਹ ਅਧੂਰਾ ਕੀਤਾ ਕੱਢਿਆ ਵਿੱਚੋਂ। ਹੁਣ ਵੀਰ ਸਿੰਘ ਦਾ ਨਾਂ ਤੇ ਜਿੱਦਾਂ ਇਸ ਇੰਡਸਟਰੀ ਵਿੱਚ ਗੱਲ ਕਰੀਏ, ਚਾਹੇ ਮਿਊਜ਼ਿਕ ਦੇ ਵਿੱਚ ਗੱਲ ਕਰੀਏ, ਫਿਲਮਿੰਗ ਕਰੀਅਰ ਦੀ ਗੱਲ ਕਰੀਏ, ਅਤੇ ਕੀ ਸੋਚਦੇ ਹੈ ਅਗਾਂਹ ਇਸ ਚੀਜ਼ ਨੂੰ ਲੈ ਕੇ, ਰਾਈਟਿੰਗ ਨੂੰ ਲੈ ਕੇ ਜਾਂ ਸਿੰਗਿੰਗ ਨੂੰ ਲੈ ਕੇ ਅਗਾਂਹ ਕੀ ਤੁਹਾਡੇ ਪਲੈਨ ਹੈ? ਮੇਰੀ ਕੋਸ਼ਿਸ਼ ਇਹ ਹੈ ਕਿ ਗੀਤ ਸੰਗੀਤ ਐਂਟਰਟੇਨਮੈਂਟ ਦਾ ਇੱਕ ਪੱਖ ਤਾਂ ਹੈ ਹੀ ਹੈ, ਪਰ ਐਂਟਰਟੇਨਮੈਂਟ ਦੇ ਨਾਲ ਨਾਲ ਜੇ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਕਰ ਸਕੀਏ, ਜੇ ਖੁਦ ਵੀ ਹੱਸ ਸਕੀਏ ਅਤੇ ਲੋਕਾਂ ਨੂੰ ਵੀ ਮੁਸਕਰਾਹਟ ਵੰਡ ਸਕੀਏ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਕਿਉਂਕਿ ਮੈਂ ਅਕਸਰ ਦੇਖਦਾ ਕਿ ਜਿਹੜੀ ਲਾਈਫ ਤੋਂ ਮੈਂ ਭੱਜਿਆ ਨਾ, ਜਿਹੜੀ 9 to 5 ਜੋਬ ਵਾਲੀ ਲਾਈਫ ਤੋਂ ਮੈਂ ਭੱਜ ਕੇ ਇੱਧਰ ਨੂੰ ਆਇਆ, ਉਸ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟ੍ਰੈਸ ਆ, ਫੈਮਿਲੀ ਨੂੰ ਸੰਭਾਲਣ ਦਾ, ਪਾਲਣ ਦਾ, ਪੈਸੇ ਜੋੜਨ ਦਾ, ਘਰ ਬਾਰ ਬਣਾਉਣ ਦਾ, ਕਿਸ਼ਤਾਂ ਤਾਰਨ ਦਾ, ਇਹ ਸਾਰੀਆਂ ਚੀਜ਼ਾਂ ਦਾ ਬਹੁਤ ਪ੍ਰੈਸ਼ਰ ਦੇਖਿਆ ਮੈਂ ਲੋਕਾਂ ਦੇ ਮੋਢਿਆਂ 'ਤੇ। ਸੋ ਮੈਂ ਉਹਨਾਂ ਨੂੰ ਇੱਕ ਉਹ ਸਕੂਨ ਦੀ ਘੜੀ ਦੇਣੀ ਚਾਹੁੰਦਾ ਕਿ ਉਹ ਉਹਨਾਂ ਨੂੰ ਲੱਗੇ ਕਿ ਹਾਂ ਯਾਰ ਜ਼ਿੰਦਗੀ ਦਾ ਆਹ ਵੀ ਪਹਿਲੂ ਹੈਗਾ, ਹੈ ਨਾ? ਕਿਉਂਕਿ ਮੈਂ ਜਿੱਦਾਂ ਇੱਕ ਗਾਣਾ ਆ ਮੇਰਾ, ਮੈਂ ਉਹ 'ਚ ਲਾਈਵ ਦੇ ਵਿੱਚ ਵੀ ਪਰਫੋਰਮ ਕਰਾਂਗੇ ਉਹ ਗਾਣੇ, ਕਿ ਮਾੜੇ ਕਰਮਾਂ ਦਾ ਬਾਕੀ ਲੇਖਾ ਜੋਖਾ ਹੈ, ਅਸੀਂ ਮੁੱਕ ਜਾਣਾ ਕਿਸ਼ਤਾਂ ਉਤਾਰ ਦੇ, ਗੁੰਝਲੇ ਵਾਲਾਂ ਦੀ ਲੱਟ ਜ਼ਿੰਦਗੀ, ਥੱਕ ਗਈਆਂ ਉਂਗਲਾਂ ਸਵਾਰ ਦੇ। ਵੀ ਇਹ ਇੱਦਾਂ ਦੀ ਲੱਟ ਹੈ ਜ਼ਿੰਦਗੀ ਵੀ ਤੁਸੀਂ ਸੁਲਝਾਉਂਦੇ ਰਹਿੰਦੇ, ਉਂਗਲਾਂ ਥੱਕ ਜਾਂਦੀਆਂ, ਸੁਲਝਦੀ ਨਹੀਂ, ਇੱਕ ਤੋਂ ਇੱਕ ਗੁੰਝਲ ਪਈ ਰਹਿੰਦੀ ਹੈ, ਹੈ ਨਾ? ਪਰ ਇਹ ਹੈ ਕਿ ਠੀਕ ਆ, ਹੱਸ ਖੇਡ ਵੀ ਲੈਣਾ ਚਾਹੀਦਾ ਕਦੀ ਕਦੀ, ਫੌਜੀ ਵੀ ਮੋਢਿਆਂ ਤੋਂ ਬੈਗ ਲਾ ਕੇ ਰੱਖ ਲੈਂਦਾ ਕਿਸੇ ਵੇਲੇ, ਹੈ ਨਾ? ਅਤੇ ਜ਼ਿੰਦਗੀ ਬਹੁਤ ਸੋਹਣੀ ਆ, ਬੜਾ ਕੁਦਰਤ ਨੇ ਸਾਨੂੰ ਵੱਡਾ ਮੌਕਾ ਬਖਸ਼ਿਆ ਆਪਣੇ ਆਪ ਨਾਲ ਜੁੜਨ ਦਾ, ਉਸ ਵਾਹਿਗੁਰੂ ਨਾਲ ਜੁੜਨ ਦਾ ਜੀ, ਅਤੇ ਉਹ ਗਵਾਉਣਾ ਨਹੀਂ ਚਾਹੀਦਾ ਵਿਅਰਥ ਜੀ। ਜੀ, ਅਤੇ ਇਹਦੇ ਨਾਲ ਖਾਸ ਤੌਰ 'ਤੇ ਮੈਂ ਜੇ ਗੱਲਬਾਤ ਕਰਾਂ, ਜਿਵੇਂ ਤੁਸੀਂ ਦੱਸੇ ਗਾਣਿਆਂ ਦੀ ਗੱਲ ਕਰਦੇ, ਅਤੇ ਤੁਸੀਂ ਜਿਹੜੇ ਗਾਣੇ ਬਹੁਤ ਸਾਰੇ ਲਿਖੇ ਹੈ, ਬੜੇ ਗਏ ਹੈ, ਕਿਹੜਾ ਗਾਣਾ ਤੁਹਾਨੂੰ ਆਪ ਨੂੰ ਖੁਦ ਨੂੰ ਜ਼ਿਆਦਾ ਪਸੰਦ ਹੈ, ਅਤੇ ਜਿਹੜਾ ਤੁਹਾਨੂੰ ਲੱਗਦਾ ਕਿ ਹਰ ਟਾਈਮ 'ਤੇ ਅਸੀਂ ਗੁਣਗੁਣਾਉਂਦੇ ਹਾਂ, ਕਿਹੜਾ? ਨਹੀਂ, ਹਰ ਟਾਈਮ 'ਤੇ ਜਿਹੜਾ ਗੁਣਗੁਣਾਉਂਦਾ ਉਹ ਜ਼ਿਆਦਾਤਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਗੁਰਬਾਣੀ ਗਾਉਂਦਾ ਹੁੰਦਾ ਹਾਂ ਜ਼ਿਆਦਾਤਰ, ਜਦੋਂ ਕਿਤੇ ਆਉਂਦੇ ਜਾਂਦੇ ਹੋਈਦਾ ਕੋਈ ਨਾ ਕੋਈ। ਮੈਂ ਨਾ, ਮੇਰੇ ਦਾਦਾ ਜੀ ਦੀ ਆਦਤ ਹੁੰਦੀ ਸੀ, ਕਹਿੰਦੇ ਕਿ ਜ਼ਿੰਦਗੀ ਦੇ ਹਰ ਪਹਿਲੂ ਵਾਸਤੇ ਨਾ ਗੁਰਬਾਣੀ ਹੈਗੀ ਆ ਮੌਜੂਦ, ਚਾਹੇ ਤੁਹਾਡਾ ਦਿਲ ਉਦਾਸ ਹੈ, ਚਾਹੇ ਖੁਸ਼ ਹੈ, ਚਾਹੇ ਤੁਸੀਂ ਦੁਨੀਆ ਦੇ ਰੰਗ ਦੇਖਦੇ ਹੋ, ਵਿਚਰਦੇ ਹੋ, ਉਹ ਜਿਹੜੀ ਨੈਚੁਰਲ ਲਾਈਫ ਦੇ ਨਾਲ ਗੁਰਬਾਣੀ ਦਾ ਕਨੈਕਸ਼ਨ ਸੀ, ਮੈਂ ਉਹ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਕੀ ਪੜ੍ਹਨਾ ਚਾਹੀਦਾ, ਕੀ ਬੋਲਣਾ ਚਾਹੀਦਾ, ਉਹ ਉਸ ਚੀਜ਼ ਨੂੰ ਲੈ ਕੇ ਚੱਲਦਾ ਰਹਿੰਦਾ। ਤਾਂ ਜਿੱਦਾਂ ਮੇਰਾ ਜਿਹੜਾ ਫੇਵਰੇਟ ਆ ਉਹ ਇਹ ਹੈ ਕਿ ਹਰ ਬਿਨ ਕੌਣ ਸਹਾਈ ਮਨਕਾ, ਮਾਤ ਪਿਤਾ ਭਾਈ ਸੁੱਤ ਬੰਤਾ, ਹਿੱਤ ਲਾਗੋ ਸਭ ਫਨਕਾ, ਹਰ ਬਿਨ ਕੌਣ ਸਹਾਈ ਮਨਕਾ। ਮੇਰੀ ਜ਼ਬਾਨ 'ਤੇ ਜ਼ਿਆਦਾ ਜਿਹੜਾ ਨਾ ਇਹ ਚੱਲਦਾ ਸ਼ਬਦ। ਅਤੇ ਇੱਕ ਵਾਰੀ ਅਖੀਰ ਦੇ ਵਿੱਚ ਫਿਰ ਆਪਣਾ ਜਿਹੜੇ ਸ਼ੋਅ, ਤੁਹਾਡੇ 3 ਸ਼ੋਅ ਅਪ੍ਰੈਲ ਵਿੱਚ 10 ਤਰੀਕ ਨੂੰ, ਜਾਂ ਉਹਨਾਂ ਦੇ ਬਾਰੇ ਡਿਟੇਲ 'ਚ ਦੱਸ ਦਿਓ ਜੀ। ਜ਼ਰੂਰ, ਸਾਡੇ 3 ਸ਼ੋਅ ਨੇ ਜੀ ਅਪ੍ਰੈਲ ਦੇ ਵਿੱਚ। ਪਹਿਲਾ ਸ਼ੋਅ ਲੰਡਨ ਕਾਰਡਿਗਨ ਹਾਲ ਦੇ ਵਿੱਚ 10 ਅਪ੍ਰੈਲ ਨੂੰ ਹੈ ਜੀ, ਔਰ ਉਹਦੀਆਂ ਟਿਕਟਸ ਤੁਸੀਂ www.cardiganhall.com ਦੇ ਉੱਤੇ ਜਾ ਕੇ ਬੁੱਕ ਕਰ ਸਕਦੇ ਹੋ। ਦੂਸਰਾ ਸ਼ੋਅ ਬ੍ਰੈਡਫੋਰਡ ਦੇ ਵਿੱਚ ਹੈ ਜੀ, ਇਹ ਹੈਗਾ 16 ਅਪ੍ਰੈਲ ਨੂੰ ਸੇਂਟ ਜੋਰਜਸ ਹਾਲ ਦੇ ਵਿੱਚ, ਔਰ ਇਹਦੀਆਂ ਟਿਕਟਸ www.bradfordtheatres.com ਦੇ ਉੱਤੇ ਜਾ ਕੇ ਤੁਸੀਂ ਬੁੱਕ ਕਰ ਸਕਦੇ ਹੋ। ਔਰ ਤੀਸਰਾ ਸ਼ੋਅ 17 ਅਪ੍ਰੈਲ ਨੂੰ ਬਰਮਿੰਘਮ ਫੋਰਮ ਦੇ ਵਿੱਚ, ਔਰ ਇਹਦੀਆਂ ਟਿਕਟਸ ਜਿਹੜੀਆਂ ਨੇ ਉਹ www.universe.com ਦੇ ਉੱਤੇ ਟਿਕਟਸ ਅਵੇਲੇਬਲ ਨੇ, ਤੁਸੀਂ ਉੱਥੋਂ ਟਿਕਟਸ ਆਪਣੀਆਂ ਬੁੱਕ ਕਰ ਸਕਦੇ ਹਾਂ। ਜ਼ਿਆਦਾ ਇਨਫੋਰਮੇਸ਼ਨ ਜੇ ਤੁਹਾਨੂੰ ਕੁਛ ਚਾਹੀਦੀ ਆ, ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਦੇ ਉੱਤੇ ਲਿੰਕ ਕਰ ਸਕਦੇ ਹਾਂ, ਜਾਂ ਫਿਰ ਡ੍ਰੀਮ ਚੇਜ਼ਸ ਮੈਨੇਜਮੈਂਟ ਦੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਾ ਕੇ ਤੁਸੀਂ ਮੈਸੇਜ ਡ੍ਰੌਪ ਕਰ ਸਕਦੇ ਜੀ। ਸ਼ੁਕਰੀਆ। ਬਿਲਕੁਲ ਠੀਕ ਹੈ ਜੀ। ਕੋਈ ਮੈਸੇਜ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ? ਸੰਤਾਂ ਨੂੰ ਇਹੀ ਆ ਬਸ ਕਿ ਕੋਸ਼ਿਸ਼ ਕਰੋ ਕਿ ਸਿਰਫ ਪਿਆਰ ਵੰਡੀਏ, ਨਫ਼ਰਤਾਂ ਜਿਹੜੀਆਂ ਆ ਉਹ ਜੇ ਕਿਤੇ ਉਹ ਮਿਲਦੀ ਵੀ ਆ ਤਾਂ ਉਹਨੂੰ ਉੱਥੇ ਹੀ ਛੱਡ ਦਈਏ, ਉਹਨੂੰ ਐਵੇਂ ਆਪਣੇ ਦਿਲ ਦਿਮਾਗ 'ਚ ਨਾਲ ਨਾ ਲਈ ਫਿਰੀਏ, ਐਵੇਂ ਵਾਧੂ ਭਾਰ ਆ ਕੀ ਕਰਨਾ,
है ना, ओदी थां ते होर प्यार भर लिए ते सौखे हो जाएंगे, आप भी सौखे किसे नूं भी असीं खुश करांगे। इन्नी कु बेनती है जी। बहुत चंगा लग्या अज असीं वीर सिंह नाल गलबात कीती है, ते साडा सुभाग प्राप्त होया सानूं साडे स्टूडियो सेक्शन स्टूडियो विच वीर सिंह जी आए है, ते बहुत वधिया इहना मैसेज तुहाडे नाल शेयर कीते है। गुरमारे कृपा करना आने वाले समय से फिर असी वीर सिंह जी बेनती करा साडे सेक्शन स्टूडियो आ के साडे नाल फिर गलबात कर। बहुत बहुत धन्यवाद। इन्हां दे शो जिहड़े अप्रैल दे विच 10, 16, 17 हो रहे हैं वो जरूर तुसीं देखना, तो उहदे विच भी बहुत सारियां गल्लां जिहड़ियां रह गईआं गीतां राहीं तुहानूं दस्सणियां करनगे। तुहाडी इजाजत जी, शुक्रिया। वाहिगुरू जी का खालसा, वाहिगुरू जी की फतह।